ਅਕਾਲੀ ਦਲ ਜਿੰਦਾਬਾਦ, ਬੋਲੇ ਸੋਨਾ ਜਿੰਦਾਬਾਦ, ਬੋਲੇ ਸੋਨਾ ਜਿੰਦਾਬਾਦ, ਪਾਸੇ ਜਿੱਥੇ ਵੱਡੀਆਂ ਸਿਆਸੀ ਪਾਰਟੀਆਂ ਵੱਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਚੋਣ ਮੁਹਿੰਮ ਨੂੰ ਪਖਾਇਆ ਜਾ ਰਿਹਾ ਹੈ, ਉੱਥੇ ਹੀ ਨਵੀਂ ਬਣੀ ਪਾਰਟੀ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਆਗੂ ਗੁਰਿੰਦਰ ਸਿੰਘ ਬਾਜਵਾ ਵੱਲੋਂ ਵੀ ਲਗਾਤਾਰ ਪੂਰੇ ਹਲਕੇ ਦੇ ਵਿੱਚ ਚੋਣ ਮੀਟਿੰਗਾਂ ਜਾਰੀ ਹਨ। ਅੱਜ ਉਹਨਾਂ ਵੱਲੋਂ ਫਤਿਹਗੜ੍ਹ ਚੂੜੀਆਂ ਹਲਕੇ ਦੇ ਵਿੱਚ ਜਿੱਥੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਹੈ, ਉੱਥੇ ਹੀ ਵੱਖ ਵੱਖ ਪਿੰਡਾਂ ਦੇ ਵਿੱਚ ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਚੋਣ ਮੀਟਿੰਗਾਂ ਵੀ ਕੀਤੀਆਂ ਹਨ। ਇਹ ਦੋ ਤਸਵੀਰਾਂ ਤੁਸੀਂ ਦੇਖ ਰਹੇ ਹੋ, ਫਤਿਹਗੜ੍ਹ ਚੂੜੀਆਂ ਦੇ ਵਿੱਚ ਉਹਨਾਂ ਨੇ ਚੋਣ ਦਫ਼ਤਰ ਖੋਲ੍ਹਿਆ ਹੈ, ਜਦਕਿ ਹਰਦੋਰਵਾਲ ਪਿੰਡ ਦੇ ਵਿੱਚ ਉਹਨਾਂ ਨੇ ਆਪਣੇ ਵਰਕਰਾਂ ਦੇ ਨਾਲ ਇੱਕ ਮੀਟਿੰਗ ਵੀ ਕੀਤੀ ਹੈ। ਇਸ ਮੌਕੇ ਉਹਨਾਂ ਨੇ ਗੁਰਦਾਸਪੁਰ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਜਾਵੇ। ਅਸੀਂ ਆਸਾਂ ਉਮੀਦਾਂ 75 ਸਾਲ ਰੱਖੀਆਂ, ਕਦੇ ਕਾਂਗਰਸ ਨੂੰ ਜਿਤਾਇਆ, ਕਦੇ ਆਪਾਂ ਬਾਦਲਕਿਆਂ ਨੂੰ ਜਿਤਾਇਆ, ਕਦੇ ਕਦੇ ਗੱਠਜੋੜ ਬਾਦਲਕਿਆਂ ਨੇ BJP ਨਾਲ ਕੀਤਾ, ਅਤੇ 10 ਸਾਲ ਜੇਲ੍ਹ ਕੱਢ ਕੇ ਅਤੇ ਬਾਹਰ ਆ ਜਾਂਦਾ ਹੈ, ਅਤੇ ਉਹ 32-32 34-34 ਸਾਲਾਂ ਤੋਂ ਜੇਲ੍ਹਾਂ 'ਚ ਨੇ। 3-3 ਗੁਣਾ ਉਹਨਾਂ ਨੇ ਜੇਲ੍ਹਾਂ ਆਪਣੀਆਂ ਜਿਹੜੀਆਂ ਸਜ਼ਾਵਾਂ ਕੱਟ ਲਈਆਂ ਨੇ। ਕਿਸ ਕਾਨੂੰਨ ਦੇ ਤਹਿਤ ਇਹਨਾਂ ਨੇ ਉਹਨੂੰ ਅੰਦਰ ਰੱਖਿਆ ਹੈ? ਦੁਨੀਆ ਦਾ ਸਭ ਤੋਂ ਵੱਡਾ ਡੈਮੋਕ੍ਰੇਟਿਕ ਮੁਲਕ ਘਾਉਣ ਵਾਲਾ ਹੈ ਹਿੰਦੁਸਤਾਨ, ਜਿੱਥੇ ਸਭ ਤੋਂ ਵੱਧ ਮਨੁੱਖੀ ਘਾਣ ਹੋ ਰਿਹਾ, ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ। ਆ ਮੋਦੀ ਨੇ ਇੱਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਇਹੀ 19 ਸਾਲ ਦੇ ਕਰੀਬ ਅਰਦਾਸਾਂ ਕਰਕੇ, ਸੰਤੀ ਰੂਪ 'ਚ ਅਰਦਾਸਾਂ ਕਰਕੇ, ਅਤੇ ਇਹ ਲਾਂਘਾ ਜਿਹੜਾ ਹੈ ਇਹ ਖੁੱਲ੍ਹਾ ਹੈ। ਮੋਦੀ ਨੇ ਜਦੋਂ 19 ਆਪਣੇ ਨਵੰਬਰ 2019 'ਚ ਇਹ ਲਾਂਘਾ ਖੁੱਲ੍ਹਾ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਮੋਦੀ ਨੇ ਆਖਿਆ ਕਿ, ਪਰ ਅੱਜ ਹਾਲਾਤ ਇਹ ਬਣ ਗਏ ਨੇ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਧਾਮੀ ਜਿਹੜਾ ਹੈ ਉਹ 1.25 ਸਾਲ ਤੋਂ ਟਾਈਮ ਮੰਗ ਰਿਹਾ ਹੈ ਨਰਿੰਦਰ ਮੋਦੀ ਕੋਲੋਂ, ਅਤੇ ਅਮਿਤ ਸ਼ਾਹ ਕੋਲ ਵੀ ਮੈਂ ਤੈਨੂੰ ਮਿਲਣਾ, ਵਾਰ ਵਾਰ ਚਿੱਠੀਆਂ ਲਿਖ ਰਿਹਾ, ਕੋਈ ਪਰਵਾਹ ਨਹੀਂ ਸੈਂਟਰ ਨੇ ਉਹਦੀ ਕੀਤੀ। ਅਤੇ ਜੇ ਉਹ ਮੈਮੋਰੈਂਡਮ ਕੋਈ ਦੇਣ ਜਾਂਦਾ DC ਨੂੰ, ਅਤੇ DC ਅੰਦਰੋਂ ਬਾਹਰ ਨਹੀਂ ਅੰਮ੍ਰਿਤਸਰ ਦਾ ਆਉਂਦਾ, ਉੱਥੋਂ ਅੰਦਰੋਂ ਲੀਡਰ ਭੇਜ ਦਿੰਦਾ। ਪਹਿਲੀ ਤਾਂ ਗੱਲ ਉਹਦਾ ਬਣਦਾ ਹੀ ਨਹੀਂ, ਸਟੇਟਸ ਹੀ ਨਹੀਂ DC ਨੂੰ ਮੈਮੋਰੈਂਡਮ ਦਿੰਦਾ, ਮੈਮੋਰੈਂਡਮ ਦੇਵੇ ਰਾਜਪਾਲ ਨੂੰ ਜਿਹੜਾ ਉਹਦਾ ਸਟੇਟਸ ਬਣਦਾ। ਪਰ ਇਹਨਾਂ ਨੇ ਆਪਣੀ, ਇਹਨਾਂ ਨੂੰ ਪਤਾ ਹੀ ਨਹੀਂ ਵੀ ਕਿਸ ਰੁਤਬੇ 'ਤੇ ਅਸੀਂ ਬੈਠੇ ਹਾਂ ਅਤੇ ਕੀ ਅਸੀਂ ਕਰਨਾ। ਕੌਮ ਨੂੰ ਕੋਈ ਦਿਸ਼ਾ ਦੇਣ ਵਾਲਾ ਨਹੀਂ ਗਾ। ਸੋ ਵੀਰੋ, ਇੱਕ ਸਮਾਂ ਆਇਆ ਹੁਣ, ਇਹ ਸਮਾਂ ਕਿਤੇ ਗਵਾ ਨਾ ਲਿਓ। ਅੱਗੋਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਣੀ ਅਤੇ 27 ਜਿਹੜੀ ਹੈ 2 ਸਾਲ ਐਵੇਂ ਲੰਘ ਜਾਣੇ, ਪਤਾ ਹੀ ਨਹੀਂ ਲੱਗਣਾ 2 ਸਾਲ ਕਿਵੇਂ ਨਾ। 2 ਸਾਲਾਂ ਬਾਅਦ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਹੋਣੀਆਂ, ਇਹ ਨੀਂਹ ਪੱਥਰ ਰੱਖਣਾ ਇਹ ਆਪਣੇ ਪਾਰਲੀਮੈਂਟ ਦੀ ਇਲੈਕਸ਼ਨ ਨੇ। ਬਾਦਲ ਤਾਂ ਹਾਸ਼ੀਏ 'ਤੇ ਆ ਗਿਆ, ਉਹਦਾ ਐਤਕੀ ਕਲੀਅਰ ਹੋ ਜਾਣੀ ਸਾਰੀ। ਉਹ ਆਉਂਦਾ ਵੀ ਮੈਂ ਇਕੱਲਾ ਰਹਿ ਜਾਂਦੇ, ਮੈਂ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡਣੀ। ਅਕਾਲੀ ਦਲ ਦਾ ਪਾਤਾ ਉਹਨੇ ਬਿਲਕੁਲ ਭੋਗ, ਇੱਕ ਨਵੀਂ ਤਰ੍ਹਾਂ ਦੀ ਲੀਡਰਸ਼ਿਪ, ਨਵੀਂ ਲੀਡਰਸ਼ਿਪ ਆਉਣੀ ਹੈ। ਛਾਨਣਾ ਵੱਜ ਗਿਆ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਜਿਨ੍ਹਾਂ ਨੇ ਪੰਥ ਨੂੰ ਵੇਚਿਆ, ਜਿਨ੍ਹਾਂ ਨੇ ਪੰਥ ਨੂੰ ਹਾਸ਼ੀਏ 'ਤੇ ਲੈਣ ਦਾ, ਅਤੇ ਜਿਨ੍ਹਾਂ ਨੇ ਦਿੱਲੀ ਦੇ BJP ਦੇ ਜਿਹੜੇ ਰਾਜ ਕਰ ਰਹੇ ਉਹਨਾਂ ਦੇ ਤਲੇ ਚੱਕੇ, ਜਿਨ੍ਹਾਂ ਨੇ ਉਹ